ਤੁਸੀਂ ਅਕਸਰ ਹੀ ਸੁਣਦੇ ਰਹਿੰਦੇ ਹੋ ਕਿ ਆਹ ਹੈ ਸਾਡੇ ਭੈਣ ਜੀ ਤੇ ਆਹ ਹੈ ਸਾਡੇ ਭਰਾ ਜੀ ਪਰ ਆਓ ਅੱਜ ਅਸੀਂ ਤੁਹਾਨੂੰ ਮਲਾਉਣੇ ਆਂ ਵੀਰ ਜੀ ਨਾਲ ਤੁਸੀਂ ਇਨਾਂ ਦਿਨਾਂ ਦੇ ਵਿੱਚ ਘੋੜੀਆਂ ਨੂੰ ਲੈ ਕੇ ਬਹੁਤ ਸਾਰੇ ਗਾਣੇ ਸੁਣ ਰਹੇ ਹੋਵੋਗੇ ਜੋ ਵਿਆਹ ਸ਼ਾਦੀਆਂ 'ਚ ਸਾਡੇ ਦੀਆਂ ਤੇ ਵੱਜਦੇ ਆ ਉਹਨਾਂ 'ਚੋਂ ਹੈ ਕਿ 60 ਲੱਖ ਲਾਤਾ ਦਿਨਾ ਦੀਵਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵਟਦੇ ਪਿਆ ਜਾਂ ਫਿਰ ਜਿਹੜਾ ਤੇਰਾ ਮਰ ਲੱਭਿਆ ਨਹੀਂ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਜਾਂ ਫਿਰ ਇੱਕ ਪੁਰਾਣਾ ਬਹੁਤ ਹੀ ਮਸ਼ਹੂਰ ਗਾਣਾ ਹੋਇਆ ਸੀਗਾ ਕਿ ਨਾ ਘੋੜੀਆਂ ਕਬੂਤਰਾਂ ਨੇ ਪੱਟ ਤੇ ਪੁੱਤ ਸਰਦਾਰਾਂ ਦੇ ਸੋ ਕਹਿਣ ਦਾ ਮਤਲਬ ਹੈ ਇਹ ਗਾਣਿਆਂ ਦੇ ਵਿੱਚ ਘੋੜੇ ਘੋੜੀਆਂ ਦੇ ਸ਼ੌਂਕ ਨੂੰ ਦੱਸਿਆ ਗਿਆ ਏ ਕਿਉਂਕਿ ਇਹ ਘੋੜੇ ਘੋੜੀਆਂ ਰੱਖਣਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਤੇ ਸ਼ੌਂਕੀ ਹੀ ਇਹਨਾਂ ਦਾ ਸ਼ੌਕ ਪਗਾਉਂਦੇ ਆ ਸੋ ਅੱਜ ਜਿਹੜਾ ਘੋੜੀਆਂ ਦੇ ਸ਼ੌਂਕੀ ਬੰਦੇ ਕੋਲੇ ਤੁਹਾਨੂੰ ਅਸੀਂ ਲੈ ਕੇ ਆਏ ਆ ਨਾਮ ਤਾਂ ਇਹਨਾਂ ਦਾ ਹੈ ਚੌਧਰੀ ਓਮ ਪ੍ਰਕਾਸ਼ ਪਰ ਲੋਕ ਪਿਆਰ ਨਾਲ ਇਹਨਾਂ ਨੂੰ ਕਹਿੰਦੇ ਆ ਵੀਰ ਜੀ ਹੁਣ ਚੌਧਰੀ ਨੂੰ ਲੋਕ ਵੀਰ ਜੀ ਕਿਉਂ ਕਹਿੰਦੇ ਆ ਇਹ ਸਾਰਾ ਕੁਝ ਦੱਸਣ ਦੇ ਲਈ ਅੱਜ ਅਸੀਂ ਪਹੁੰਚ ਚੁੱਕੇ ਆ ਵੀਰ ਜੀ ਦੇ ਸਟੱਡ ਫਾਰਮ ਚ ਮਹਾਰਾਜਾ ਦਸਵੇਂ ਪਾਸ਼ਾ ਜੀ ਪਟਨਾ ਸਾਹਿਬ ਤੋਂ ਆਂਦੇ 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 ਯਮਨਾ ਕ੍ਰੋਸ ਕਰੇ ਨੇ ਤੇ ਉੱਤੇ ਚੜ ਕੇ ਘਾੜ ਤੇ ਪੌਂਟ ਟਿਕਿਆ ਪੌਂਟਾ ਨੀਲਾ ਘੋੜਾ ਸਖਤੀ ਸੀ ਮਹਾਰਾਜ ਜੀ ਉੱਥੇ ਰੁਕ ਗਿਆ ਰੁਕਣ ਤੋਂ ਬਾਅਦ ਮਹਾਰਾਜ ਜੀ ਨੇ ਰਕਾਮ ਚ ਪੈਰ ਪਾ ਕੇ ਥੱਲੇ ਉਤਰ ਗਏ ਉਥੋਂ ਪੌਂਟਾ ਸਾਹਿਬ ਮਤਲਬ ਸਾਡੇ ਦਸ਼ਮੇਸ਼ ਗੁਰੂ ਤੋਂ ਗੱਲ ਕਰੀਏ ਤਾਂ ਉਸ ਸਮੇਂ ਘੋੜਿਆਂ ਨੂੰ ਸਭ ਤੋਂ ਜ਼ਿਆਦਾ ਸ਼ਾਇਦ ਪ੍ਰਚਲਿਤ ਉਸ ਸਮੇਂ ਹੋਈ ਸੀ ਨੀਲਾ ਘੋੜਾ ਐਡਾ ਵੀ ਸੂਝ-ਪੂਝ ਹੁੰਦਾ ਐਨੀ ਦਿਵਾਗ ਹੁੰਦਾ ਇਹਦੇ 'ਚ 100 ਗੁਣ ਤੇ 100 ਔਗਣ ਹੁਣ ਤੁਸੀਂ ਦੇਖਿਆ ਹੋਊਗਾ ਜਦੋਂ ਮੈਂ ਆਇਆ ਤੇ ਬੋਲ ਪਛਾਣਦੇ ਨੇ ਇਹਨਾਂ ਨੇ ਨੈਵੀਗੇਸ਼ਨ ਸਿਸਟਮ ਹੈ ਕੰਪਿਊਟਰ ਹੈ ਜャਮੇ ਅੰਦਰ ਬੜਿਆ ਉੱਥੇ 10 ਬੰਦੇ ਸੀ ਜਦੋਂ ਮੈਂ ਕਿਹਾ ਚਾਂਦਨੀ ਤੋ ਹਣਕੀ ਇੱਕ ਪੁਰਾਣਾ ਵਿਰਸਾ ਜੋ ਸੀ ਉਹਨੂੰ ਲੋਕ ਭੁੱਲਦੇ ਜਾਂਦੇ ਆਂ ਅੱਜ ਤੱਕ ਜੋ ਇਨਸਾਨ ਦੀ ਮਦਦ ਕੀਤੀ ਉਹ ਘੋੜੇ ਨੇ ਕੀਤੀ ਬਾਜਾਂ ਦੇ ਬੱਚਾਂ ਨੂੰ ਝੜਪਾਂ ਮਾਰਨ ਕੋਈ ਸਿਖਾਂਦਾ ਨਹੀਂ ਉਹ ਬਲੱਡ 'ਚ ਹੁੰਦਾ ਇਹ ਸਾਡਾ ਜਿਵੇਂ ਬੰਦਾ ਜੀ ਜੀ ਇਹ ਦੁੱਗਾ ਇਹਦਾ ਨਾਮ ਹੈ ਆਜੋ ਹਾਂ ਆ ਜਾ ਦੁੱਗਾ ਕਹਿੰਦੇ ਨੇ ਜੱਦੀ ਸਰਦਾਰ ਜਿਹੜੇ ਹੁੰਦੇ ਨੇ ਉਹਨਾਂ ਦੀ ਦੱਸਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਦੂਰ ਤੱਕ ਉਹਨਾਂ ਦੀ ਜਿਹੜੀ ਤੂਤੀ ਉਹ ਬੋਲਦੀ ਹੁੰਦੀ ਹੈ ਅਸੀਂ ਗੱਲ ਕਰ ਰਹੇ ਹਾਂ ਪੰਚਕੁਲਾ ਦੇਵੀ ਨਗਰ ਦੇ ਜੱਦੀ ਸਰਦਾਰ ਚੌਧਰੀ ਓਮ ਪ੍ਰਕਾਸ਼ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੋਕ ਵੀਰਜੀ ਵੀਰਜੀ ਕਹਿੰਦੇ ਨੇ ਵੀਰਜੀ ਵੀ ਕਹਿੰਦੇ ਨੇ ਤੇ ਉਹਨਾਂ ਦਾ ਵੀਰਜੀ ਸਟੱਡ ਫਾਰਮ ਜਿਹੜਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਨਾ ਫੇਮਸ ਹੈਗਾ ਉਹਨਾਂ ਦਾ ਘੋੜੀਆਂ ਦਾ ਫਾਰਮ ਜਿਨ੍ਹਾਂ ਨੂੰ ਐਕਟਰ ਵੱਡੇ ਵੱਡੇ ਐਕਟਰ ਕੀ ਅੰਗਰੇਜ਼ ਦੇਖਣ ਲਈ ਉਹਨਾਂ ਦੇ ਸਟਾਰਟ ਫਾਰਮ ਆਉਂਦੇ ਨੇ ਸਾਡੇ ਨਾਲ ਚੌਧਰੀ ਓਮਪ੍ਰਕਾਸ਼ ਜੀ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਹਮਦਰਦੀ ਟੀਮ ਦੇ ਨਾਲ ਸਵਾਗਤ ਹੈ ਤੁਹਾਡਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਹਮਦਰਦੀ ਟੀਮ ਦਾ ਜੀ ਕਿ ਤੁਸੀਂ ਸਾਡੇ ਇੱਥੇ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਚੌਧਰੀ ਸਾਹਿਬ ਜਿਹੜੇ ਸ਼ੌਂਕ ਹੁੰਦੇ ਨੇ ਅਸੀਂ ਇਹਨਾਂ ਨੂੰ ਵੱਲੇ ਸ਼ੌਂਕ ਨਹੀਂ ਕਹਿ ਸਕਦੇ ਇਹ ਜੱਦੀ ਸਰਦਾਰਾਂ ਦੇ ਸ਼ੌਂਕ ਹੁੰਦੇ ਨੇ ਥੋੜਾ ਦੱਸੋ ਕਿ ਤੁਹਾਨੂੰ ਸ਼ੌਂਕ ਪਿਛਲੀ 6 ਪੀੜ੍ਹੀਆਂ ਮੈਂ ਸੁਣਨ ਚਾਹਿਆ ਕਿ ਤੁਹਾਡੀਆਂ ਇਹੀ ਸਰਦਾਰੀ ਪਾਲਦੀਆਂ ਆ ਰਹੀਆਂ ਨੇ ਤੁਸੀਂ ਵੀ ਉਹਨਾਂ ਨੂੰ ਬਰਕਰਾਰ ਰੱਖਿਆ ਹੈ ਸਰਦਾਰੀ ਦਾ ਕਾਦੀ ਸੰਦੀਪ ਜੀ ਮੈਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਸਾਡੇ ਇੱਥੇ ਹਰਿਆਣੇ ਚ ਆਏ ਜੀ ਸਵਾਲ ਕਿ ਹਲਦੀ ਪਹਾੜੀਆਂ ਦੇ ਨਾਲ ਜੀ ਮੋਰਨੀ ਤੋਂ ਥੱਲੇ ਸਾਡਾ ਇਹ ਬਾਗ ਦੇ ਵਿੱਚ ਸਟੱਡ ਫਾਰਮ ਹੈ ਜੀ ਕਹੀ ਬਹੁਤ ਇਨੇ ਤੁਸੀਂ ਚਰਨ ਪਾਏ ਸਾਡੇ ਸਿਰ ਮੱਥੇ ਜੀ ਔਰ ਮੈਂ ਹਮਦਰਦ ਚੈਨਲ ਦਾ ਵੀ ਬਹੁਤ ਕਿੰਨਾ ਕੁ ਸ਼ੁਕਰਾਨਾ ਕਰਾਂ ਵੈਸੇ ਤਾਂ ਮੈਂ ਸਾਰੇ ਚੈਨਲਾਂ ਦਾ ਹੀ ਕਰੂੰਗਾ ਜੀ ਜੀ ਕਿਉਂਕਿ ਇੱਕ ਪੁਰਾਣਾ ਵਿਰਸਾ ਜੋ ਸੀ ਜੀ ਉਹਨੂੰ ਲੋਕ ਭੁੱਲਦੇ ਜਾਂਦੇ ਆਂ ਜੀ ਪਰ ਤੁਹਾਡੇ ਇੱਕ ਪ੍ਰਚਾਰ ਪ੍ਰਸਾਰ ਦੇ ਜਰੀਏ ਜੀ ਜਿੰਨੇ ਚੈਨਲਸ ਜੀ ਸਾਰਿਆਂ ਦਾ ਸ਼ੁਕਰੀਆ ਕਰਦਾ ਹੋਇਆ ਅੱਜ ਨਵੀਂ ਪੀੜ੍ਹੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂਕਿ ਦੇਵ ਪੁਰਾਣੀ ਹੈ ਜੀ ਇਹ ਸੂਰਿਆ ਪੁੱਤਰ ਹੈ ਜੀ ਇਹਦਾ ਬੁੱਧ ਦਾ ਬਾਸ ਹੁੰਦਾ ਜੀ ਅੱਜ ਤੱਕ ਜੋ ਇਨਸਾਨ ਦੀ ਮਦਦ ਕੀਤੀ ਉਹ ਘੋੜੇ ਨੇ ਕੀਤੀ ਚਾਹ ਮਾਰਾਣਾ ਪ੍ਰਤਾਪ ਸਿੰਘ ਜਾਂ 시ਵਾਜੀ ਸੀ ਚਾਹ ਲక్ష్ਮੀਬਾਈ ਸੀ ਲਿਖਣ ਵਾਲਿਆਂ ਨੇ ਇਹ ਵੀ ਚੀਜ਼ ਲਿਖੀ ਹੈ ਕਿ ਘੋੜੇ ਦੇ ਸਿਰ 'ਚ ਜੈਮਰ ਜੀ ਇਹ 250 300 ਮੀਟਰ ਤੱਕ ਜੀ ਦੂਰ ਤੱਕ ਪੁਰਾਣੇ ਜ਼ਮਾਨੇ 'ਚ ਜਦ ਸਵਾਰ ਚੜਦੇ ਸੀ 250 300 ਮੀਟਰ ਦੀ ਇਹਦੀ ਰੇਂਜ ਹੈ ਜੀ ਨੈਵੀਗੇਸ਼ਨ ਸਿਸਟਮ ਹੈ ਉਹਦੇ ਨਾਲ ਇਹ ਹੈ ਕਿ ਇਹਨੂੰ 300 ਮੀਟਰ ਤੱਕ ਪਤਾ ਲੱਗ ਜਾਂਦਾ ਸੀ ਕਿ ਮੇਰੇ ਸਵਾਰ ਦੇ ਮੇਰੇ ਮਾਲਕ ਦੇ ਦੁਸ਼ਮਣ ਨੇ ਇਹ ਪੈਰ ਰੜਾ ਕੇ ਰੁਕਦਾ ਸੀ ਜੀ ਤੇ ਜਿਹੜੇ ਸਿਆਣੇ ਸਵਾਰ ਹੁੰਦੇ ਸੀ ਉਹ ਸੜਕ ਰਸਤਾ ਬਦਲ ਲੈਂਦੇ ਸੀ ਮੈਂ ਹਮੇਸ਼ਾ ਮਦਦ ਕੀਤੀ ਹੈ ਜੀ ਤੇ ਮਾੜਾ ਆਦਮੀ ਘੋੜਾ ਨਹੀਂ ਰੱਖੂਗਾ ਜੀ ਕੁਦਰਤੀ ਪਾਣਾ ਇਹ ਉਸਦੇ ਘਰ ਤੇ ਬਣੂਗਾ ਜਿਹਨੂੰ ਪਰਮਾਤਮਾ ਦੀ ਬਖਸ਼ਿਸ਼ ਮਤਲਬ ਸਾਡੇ ਦਸ਼ਮੇਸ਼ ਗੁਰੂ ਤੋਂ ਗੱਲ ਕਰੀਏ ਤਾਂ ਉਸ ਸਮੇਂ ਘੋੜਿਆਂ ਨੂੰ ਸਭ ਤੋਂ ਜ਼ਿਆਦਾ ਸ਼ਾਇਦ ਪਰਚਲਿਤੀ ਉਸ ਸਮੇਂ ਹੋਈ ਸੀ ਉਹ ਤਾਂ ਇੱਕ ਬਹੁਤ ਮਹਾਨ ਸ਼ਖਸੀਅਤ ਗੁਰੂ ਜੀ ਮਹਾਰਾਜ ਦਾ 10ਵੇਂ ਪਾਛੇ ਤੋਂ ਬਾਅਦ ਤਾਂ ਸਾਰੇ ਲੋਕ ਰੱਖਣ ਲੱਗੇ ਨੀਲਾ ਘੋੜਾ ਐਡਾ ਵੀ ਸੂਝ-ਬੂਝ ਹੁੰਦਾ ਐਨੀ ਦਿਬਾਗ ਹੁੰਦਾ ਇਹਦੇ 'ਚ 100 ਗੁਣ ਤੇ 100 ਔਗਣ ਜੀ ਸੋ ਗੁਣ ਸੋ ਗਣ ਮਹਾਰਾਜ ਦਸਵੇਂ ਪਾਸ਼ਾ ਜੀ ਪਟਨਾ ਸਾਹਿਬ ਤੋਂ ਆਂਦੇ 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 ਯਮਨਾ ਕ੍ਰੋਸ ਕਰੇ ਨੇ ਤੇ ਉੱਥੇ ਚੜ੍ਹ ਕੇ ਘਾਟ ਤੇ ਪੌਂਟ ਟਿਕਿਆ ਪੌਂਟਾ ਨੀਲਾ ਘੋੜਾ ਸਖਤੀ ਸੀ ਮਹਾਰਾਜ ਜੀ ਉੱਥੇ ਰੁਕ ਗਿਆ ਰੁਕਣ ਤੋਂ ਬਾਅਦ ਮਹਾਰਾਜ ਜੀ ਨੇ ਰਕਾਬ ਚ ਪੈਰ ਪਾ ਕੇ ਥੱਲੇ ਉਤਰ ਗਏ ਉਥੋਂ ਪੌਂਟਾ ਸਾਹਿਬ ਪੌਂਟ ਟਿਕਿਆ ਤੇ ਪੌਂਟਾ ਸਾਹਿਬ ਘੋੜੇ ਦਾ ਇਨਾ ਮਹਾਰਾਜ ਦਸਵੇਂ ਪਾਸ਼ਾ ਜੀ ਨੇ ਜਾਨ ਭਾਈ ਦਾ ਖਿਤਾਬ ਦਿਆ ਜੀ ਕਿ ਜਾਨ ਭਾਈ ਦਾ ਖਤਾਬ ਹੈ ਘੋੜੇ ਦੇ ਮੂੰਹ ਚ ਰੋਜ਼ ਰੋਟੀ ਖਿਲਾਓ ਤੁਸੀਂ ਆਪਣੇ ਪਾਓ ਬਾਈਟ ਕਰੋ ਚਾਹੇ ਸਾਲ ਕਰੋ ਇਨਸਾਨ ਇਨਸਾਨ ਨੂੰ ਬਿਮਾਰੀ ਲੱਗੂ ਕਰੋਨਾ ਨੇ ਦੱਸਿਆ ਹੁਣ ਸਾਰਾ ਜੀ ਇਨਸਾਨ ਨੂੰ ਲੱਗੂ ਪਰ ਜਾਨ ਪਾਈ ਦਾ ਕਿਤਾਬ ਮਾਰੇ ਦਸਵੇਂ ਪਾਸ਼ਾ ਨੇ ਦਿਆ ਜੀ ਇਹ ਬਹੁਤ ਇੱਕ ਅਹਿਜਾ ਜਾਨਵਰ ਹੈ ਜਿਹਨੇ ਸਾਥ ਦਿੱਤਾ ਵੀਰ ਜੀ ਹੁਣ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਘੋੜੀਆਂ ਬਾਰੇ ਜਾਨਣਾ ਚਾਹਣਗੇ ਕਿਉਂਕਿ ਜੜੀ ਘੋੜੀਆਂ ਹੈਗੀਆਂ ਨੇ ਪੂਰੀਆਂ ਇਸ ਸਮੇ ਸਜੀਆਂ ਧਜੀਆਂ ਹੋਈਆਂ ਨੇ ਅਸੀਂ ਜਾਨਣਾ ਚਾਹਾਂਗੇ ਇਹ ਕਿਹੜੀ ਕੋੜੀ ਹੈਗੀ ਆ ਤਾਂ ਇਸ ਦੀ ਨਸਲ ਬਾਰੇ ਵੀ ਜਾਨਣਾ ਚਾਹਾਂਗੇ ਇਹ ਸੰਦੀਪ ਜੀ ਇਹ ਹੈਗੀ ਮੱਝੂ ਕੇ ਲਾਈਨ ਜੀ ਜੋ ਕਿ ਬਾਬਾ ਜੋਰਾ ਸਿਓ ਇੱਕ ਬਹੁਤ ਇਹ ਬਹੁਤ ਦਲੇਰ ਜਾਨਵਰ ਹੈ ਦਲੇਰ ਨਸਲ ਹੈ ਜੀ ਇਹ ਮੱਝੂ ਦੇ ਲੈਣ ਸਾਡੀ ਪੰਜਾਬ ਦਾ ਹੀ ਨਸਲ ਹੈ ਇਹ ਦੂਜੀ ਜਿਹੜੀ ਹੈ ਇਹ ਹੈ ਜੋਧਪੁਰ ਪੈਲਸ ਜੀ ਜੋਧਪੁਰ ਪੈਲਸ ਦੀ ਜੀ ਇਹ ਅਬਲਕ ਹੈ ਜੀ ਇਹ ਰਾਜਸਥਾਨ ਤੋਂ ਹੈ ਜੀ ਤੇ ਤੀਜੀ ਆਓ ਤੁਹਾਨੂੰ ਦਿਖਾਉਂਦਾ ਜੋਰਾ ਇਹ ਵੀ ਜੀ ਇਹਨਾਂ ਬਾਰੇ ਜਾਨਣਾ ਚਾਹੁੰਦੇ ਇਹਨਾਂ ਦੇ ਰੰਗ ਦੇ ਨਾਲ ਕੁਝ ਨਾਮ ਹੁੰਦੇ ਨੇ ਜਾਂ ਜਿਨ੍ਹਾਂ ਦੀ ਨਸਲ ਹੁੰਦੀ ਹੈ ਇਹ ਵੀ ਕੋਈ ਫਰਕ ਹੁੰਦਾ ਹੈ ਇਹ ਹੈ ਇਹ ਆ ਗਈ ਤੇ ਲਿਆ ਗੂੜੀ ਕਮੇਤ ਜੀ ਠੀਕ ਹੈ ਜੀ ਤੇ ਇਹ ਆ ਗਈ ਅਬਲਖ ਜੀ ਇਹ ਇਹਨਾਂ ਦੇ ਕਹਿੰਦੇ ਨੇ ਸਰਦਾਰਾਂ ਨੇ ਨਾਮ ਵੀ ਕਹਿੰਦੇ ਨੇ ਆਪਦੇ ਪਿਆਰ ਦੇ ਨਾਲ ਰੱਖੇ ਹੁੰਦੇ ਨੇ ਜਿਵੇਂ ਕਹਿੰਦੇ ਨੇ ਕਿਸੇ ਦਾ ਚੰਨੋ ਕਿਸੇ ਦਾ ਨਾਮ ਮਿੰਦੋ ਇਹ ਜੇ ਨਾਮ ਕਿਨੇ ਰੱਖੇ ਹੁੰਦੇ ਨੇ ਇਹ ਤੁਸੀਂ ਗੱਲ ਠੀਕ ਕੀਤੀ ਹੈ ਜੀ ਕਿਉਂਕਿ ਜਦ ਜਾਨ ਪਾਈ ਦਾ ਖitab ਹੋ ਗਿਆ ਫਿਰ ਤਾਂ ਪਰਵਾਰ ਹੋ ਗਿਆ ਜੀ ਹੁਣ ਤੁਸੀਂ ਦੇਖਿਆ ਹੋਊਗਾ ਜਦੋਂ ਮੈਂ ਆਇਆ ਤੇ ਬੋਲ ਪਛਾਣਦੇ ਨੇ ਇਹਨਾਂ ਦਾ ਨੈਵੀਗੇਸ਼ਨ ਸਿਸਟਮ ਕੰਪਿਊਟਰ ਹੈ ਜ्यामे ਅੰਦਰ ਬੜਿਆ ਉੱਥੇ 10 ਬੰਦੇ ਸੀ ਜਦੋਂ ਮੈਂ ਕਿਹਾ ਚਾਂਦਨੀ ਤੇ ਉਹ ਹਣਕੀ ਕੀਆ ਬਣਕੀ ਇਹਦਾ ਨਾਮ ਹੈ ਚੰਨੋ ਚੰਨੋ ਹਾਂ ਇਹਦਾ ਨਾਮ ਹੈ ਚੇਤਕੀ ਚਿਤਕੀ ਹਾਂਜੀ ਇਹ ਇਹ ਹੋਗੀ ਇਹ ਖੀਰੀ ਬੱਚੀ ਹੈ ਜੀ ਇਹਦਾ ਨਾਮ ਹੈ ਚਾਂਦਨੀ ਜੀ ਤੇ ਹਟੇ ਮਾਈ ਇਹਦਾ ਨਾਮ ਹੈ ਮੋਰਨੀ ਚਾਂਦਨੀ ਤੇ ਮੋਰਨੀ ਬੜਾ ਵਧੀਆ ਕੰਬੀਨੇਸ਼ਨ ਨਾ ਰੱਖੇ ਹੋਏ ਨੇ ਇਹਨਾਂ ਦੇ ਇਹ ਇਹ ਹੈਗੀ ਜੋੜੀ ਮੋਰਨੀ ਇਹ ਮਾਰਵਾੜੀ ਹੈ ਪਿਓਰ ਜੀ ਇਹ ਨਗੌਰ ਤੋਂ ਆਈ ਆ ਜੀ ਜੀ ਠੀਕ ਹੈ ਜੀ ਇਹ ਬੱਠੀ ਵਿਜੇ ਰਾਜ ਇੱਥੇ ਜਤਿੰਦਰ ਕੋਲੇ ਸਾਡੇ ਦੋਸਤ ਨੇ ਸਾਡੇ ਭਰਾ ਆ ਉਹਨਾਂ ਦਾ ਵਿਜੇ ਰਾਜ ਘੋੜਾ ਜੀ ਉਹ 70 ਇੰਚ ਹੈ ਸ਼ਾਇਦ ਇੱਥੇ ਸਾਡੇ ਇਲਾਕੇ 'ਚ ਕੋਈ ਨਹੀਂ ਹੋਊਗਾ 70 ਇੰਚ ਜਤਿੰਦਰ ਜਿਹੜੇ ਫਿਲਮੀ ਐਕਟਰ ਨਹੀਂ ਜਤਿੰਦਰ ਜ਼ਿੰਮੇਦਾਰ ਨੇ ਜ਼ਿੰਮੇਦਾਰ ਨੇ ਹਾਂ 에어ਪੋਰਟ ਦੇ ਕੋਲੇ ਬਾਕਰਪੁਰ ਪਿੰਡ ਹੈ ਮੁਹਾਲੀ ਜੀ ਜੀ ਉਹ ਘੋੜੇ ਦੀ ਬੱਚੀ ਹੈ ਜੀ ਜੀ ਇਹ ਖੀਰੀ ਹੈ ਜੀ ਜੀ ਤੇ ਖੀਰੀ ਇਹ 61 ਇੰਚ ਹੋਗੀ ਅੱਛਾ ਜੀ ਹਾਂ ਅਚੇ ਇਹਨਾਂ ਦੇ ਹਾਈਟ ਦੇ ਹਿਸਾਬ ਨਾਲ ਇਹਨਾਂ ਦੇ ਮੁੱਲ ਲੱਗਦੇ ਨੇ ਜਾਂ ਇਹਨਾਂ ਨੂੰ ਜਾਣੇ ਹਿਸਾਬ ਨਾਲ ਜਾਂਦਾ ਹੈ ਹਾਈਟ ਦੇ ਹਿਸਾਬ ਨਾਲ ਇਹ ਹੈ ਕਿ ਜਿੰਨਾ ਉੱਚਾ ਸਵਾਰ ਹੈ ਜਦੋਂ ਗਰਦਨੇ ਮੋਰਨੀ ਦੀ ਤਰ੍ਹਾਂ ਜਾਊਗੀ ਤੇ ਪੁਰਾਣੇ ਬਜ਼ੁਰਗ ਤਾਂ ਤੁਰਲਾ ਹੀ ਦਿਖਦਾ ਹੁੰਦਾ ਸੀ ਫੇਸ ਨਹੀਂ ਸੀ ਦਿਖਦਾ ਓ ਐਡੀ ਉੱਚੀ ਹੈ ਗੱਲ ਤਾਂ ਚੱਕ ਦੇ ਜੀ ਜੀ ਤੇ ਇਸ ਤੋਂ ਬਾਅਦ ਅਸੀਂ ਜਾਣਾਂਗੇ ਕਿ ਜਿਹੜੀ ਇਹਨਾਂ ਦੀ ਖਰਾਕਾਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਕਮਾਈ ਵਾਸਤੇ ਰੱਖਿਆ ਜਾਂਦਾ ਹੈ ਜਾਂ ਇਹਨਾਂ ਨੂੰ ਸ਼ੌਂਕ ਦੇ ਵਜੋਂ ਹੀ ਸਭ ਕੁਝ ਪਾਲਿਆ ਜਾਂਦਾ ਹੈ ਇਹ ਇਹ ਸੰਦੀਪ ਜੀ ਇਹ ਸਾਡੀ 6ਵੀਂ ਪੀੜੀ ਹੈ ਜੀ ਮੇਰੇ ਯਾਦ ਹੈ ਕਿ ਹੁਣ 6ਵੀਂ ਪੀੜੀ ਚ ਜੀ ਅਜੇ ਤੱਕ ਵੀ ਉਹ ਤੋਂ ਪਹਿਲਾਂ ਤਾਂ ਹੋਣਗੀਆਂ ਹੀ 6ਵੀਂ ਪੀੜੀ ਚ ਇਸ ਮੈਂ ਕੋੜੀਆਂ ਰੱਖੀਆਂ ਹੋਈਆਂ ਨੇ ਅੱਗੇ ਵੀ ਦੋ ਪੀੜੀਆਂ ਹੋਰ ਆ ਗਈਆਂ ਬੇਟਾ ਆ ਗਿਆ ਪੁੱਤੇ ਆ ਗਏ ਦੋ ਇਹ ਮੈਂ ਇਹ ਗੱਲ ਤੁਹਾਨੂੰ ਕਹਿ ਸਕਦਾ ਜਿਹੜੇ ਵੀ ਬੱਚੇ ਅੱਗੇ ਹੁਣ ਸੁਣਦੇ ਨੇ ਸਾਡੇ ਬੱਚਿਆਂ ਨੂੰ ਬਹੁਤ ਸ਼ੌਕ ਹੈ ਕਿ ਨਸਿਆਂ ਤੋਂ ਦੂਰ ਜੀ ਘੋੜੀ ਕਹਿ ਜਾ ਘੋੜਾ ਇੱਕ ਜਾਨਵਰ ਹੈ ਕਿ ਇਹਦੇ ਕੋਣੋਂ ਤੁਹਾਨੂੰ ਜਾਣ ਨੂੰ ਮਨ ਹੀ ਨਹੀਂ ਕਰੂਗਾ ਅੱਛਾ ਜੀ ਇਹ ਜਿਵੇਂ ਟੇਕ ਆਫਰ ਜੀ ਟੇਕ ਆਫ ਰਨਵੇ ਤੋਂ ਜਹਾਜ਼ ਹੁੰਦਾ ਜਿਹੜੇ ਘਰ ਚ ਘੋੜੀ ਪਾਗਲ ਹੀ ਆਜੂਗੀ ਉੱਥੇ ਜਿਵੇਂ ਕਾਰੋਬਾਰ ਜਿਵੇਂ ਜਹਾਜ਼ ਟੇਕ ਆਫ ਹੁੰਦਾ ਐਡਾ ਕਾਰੋਬਾਰ ਵਧਣ ਲੱਗ ਜਾਂਦਾ ਇਹ ਵੀ ਲਿਖਿਆ ਗਿਆ ਪੁਰਾਣੇ ਬਜ਼ੁਰਗਾ ਨੇ ਕਿ ਕਿੰਨੀ ਵੱਡੀ ਮੁਸੀਬਤ ਕਿੰਨਾ بڑا ਗ੍ਰਹਿ ਐਸਾ ਵੀ ਵਕਤ ਟਟਲਿਆ ਕਿ ਪੂਰੇ ਦਾ ਪੂਰਾ ਡੱਬਰ ਜਬੀ ਇਸੇ ਕੇ ਐਕਸੀਡੈਂਟ ਤੋਂ ਬਚ ਗਏ ਰਾਤ ਨੂੰ ਘੋੜੇ ਨੇ ਆਪਣੇ ਪ੍ਰਾਣ ਤਿਆਗਤੇ ਤੇ ਘੋੜੇ ਨੇ ਆਪਣੇ ਉੱਪਰ ਲੈ ਲਈ ਇੱਕ ਵੀਰ ਜੀ ਮੈਂ ਤੁਹਾਡੇ ਦਿਲ ਦੀ ਇਹ ਚੀਜ਼ ਜਾਨਣਾ ਚਾਹਾਂਗਾ ਜਿਹੜੀ ਤੁਹਾਡੇ ਜੀਵਨ ਜ਼ਹਿਨ ਦੇ ਨਾਲ ਜੁੜੀ ਹੋਵੇ ਕੋਈ ਤੁਹਾਡੇ ਨਾਲ ਕੋਈ ਕਹਾਣੀ ਹੋਵੇ ਕਿਉਂਕਿ ਤੁਸੀਂ ਘੋੜੀਆਂ ਦੇ ਸਰਦਾਰ ਹੈ ਕਿਉਂਕਿ ਤੁਹਾਡੇ ਨਾਲ ਵੀ ਕੋਈ ਹੱਦ ਬੀਤੀ ਹੋਵੇ ਜਦੋਂ ਤੁਸੀਂ ਇਹਨਾਂ ਨੂੰ ਪਾਲਿਆ ਹੋਵੇ ਤਾਂ ਤੁਹਾਨੂੰ ਵੀ ਪਰਮਾਤਮਾ ਨੇ ਉਸ ਤਰ੍ਹਾਂ ਹੀ ਪਾਲਿਆ ਸਾਨੂੰ ਇਹ ਤੁਸੀਂ ਬਹੁਤ ਅੱਛੀ ਗੱਲ ਕੀਤੀ ਮੈਂ ਤਾਂ ਆਪਣੇ ਕਾਰੋਬਾਰ ਦਾ ਇਹ ਜਾਂ ਵੀ ਦੇਖਿਆ ਇਤਿਹਾਸ ਕਿ ਬੁੱਧਵਾਰ ਦਾ ਦਿਨ ਹੋਏ ਇਹ ਗਿਆਨ ਦੀ ਵੀ ਗੱਲ ਦੱਸੂ ਅਗਲੀ ਪੀੜ੍ਹੀਆਂ ਵਾਸਤੇ ਬਾਕੀ ਸਾਡੇ ਸਟੱਡ ਫਾਰਮ ਜਿਹੜੇ ਨੇ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਕਿ ਬੁੱਧਵਾਰ ਦਾ ਦਿਨ ਹੋਏ ਜੀ ਸੂਰਜ ਕਣੀ ਨੂੰ ਇਹਦਾ ਮੂੰਹ ਕਰ ਲੋ ਜੀ ਤੇ ਬੁੱਕ ਇਹਦੇ ਉਂਝਲ ਦੇ ਵਿੱਚ ਛੋਲੇ ਜੀ ਤੇ ਵਿੱਚ ਗੁੜ ਦੀ ਡਲਲੀਆਂ ਪਾ ਕੇ ਜੀ ਸਾਨੂੰ ਇਹ ਵਕੀਲ ਕਹਦੇ ਵੀ ਤੁਹਾਡੇ ਅੱਜ ਕੋਈ ਚਲੋ ਕੋਈ ਝਗੜਾ ਕਲੇਸ਼ ਫਾਂਸੀ ਵੀ ਲੱਗ ਸਕਦੀ ਹੈ ਤੁਹਾਡੇ ਬੰਦੇ ਨੂੰ ਆਪਾਂ ਤਰੀਕ ਤੇ ਜਾਣਾ ਜੱਜ ਤੇ ਇਹੋ ਜਾਂ ਵੀ ਇਤਿਹਾਸ ਗਵਾ ਹੈ ਕਿ ਪਰਿਵਾਰ ਦਾ ਮੈਂਬਰ ਸੂਰਜ ਕਣੀ ਨੂੰ ਮੂੰਹ ਕਰਕੇ ਤੇ ਉਂਗਲੇ ਉਂਝਲੇ ਚ ਛੋਲੇ ਕੀ ਥਾਲੀ ਚ ਪਾ ਕੇ ਗੁੜ ਤੋੜ ਕੇ ਇਹਨੂੰ ਚਾਰ ਦੋ ਇਤਿਹਾਸ ਇਹ ਵੀ ਕਹਿੰਦਾ ਕਿ ਇੰਗਲਿਸ਼ ਟਾਈਮ ਚ ਫਾਂਸੀ ਵੀ ਟੁੱਟ ਗਈ ਜੱਜ ਨੇ ਫਾਂਸੀ ਕੀ ਬਾਤ ਹੈ ਇਹ ਵੀਰ ਜੀ ਜਿਹੜੀਆਂ ਚੀਜ਼ਾਂ ਆ ਗਈਆਂ ਨੇ ਇਹ ਵੀ ਇੱਕ ਸਟੱਡੀ ਹੈਗੀ ਇੱਕ ਪੜਾਈ ਦਾ ਮੈਂ ਇੱਕ ਹਿੱਸਾ ਹੀ ਹੈਗਾ ਸ਼ਾਇਦ ਇਹ ਅਸੀਂ ਪੜਾਈ ਵੀ ਨਹੀਂ ਇਹ ਰੜੇ ਕੜੇ ਔਲਿਆਂ ਦੀ ਗੱਲ ਹੈ ਅਸੀਂ ਬਜ਼ੁਰਗਾਂ ਕੋਲੇ ਅਸੀਂ ਬਜ਼ੁਰਗਾਂ ਕੋਲੇ ਬੈਠੇ ਹਾਂ ਛੋਟੇ ਹੁੰਦੇ ਮੰਜੀਆਂ ਤੇ ਬੈਠਦੇ ਹੁੰਦੇ ਸੀ ਤੇ ਸਾਡੇ ਹਰਿਆਣੇ ਚ ਪ੍ਰਚਲਨਾ ਹੁੱਕਾ ਜੀ ਹੁੱਕੇ ਤੇ ਬਹਿ ਕੇ ਬਜ਼ੁਰਗੇ ਗੱਲਾਂ ਦੱਸਦੇ ਹੁੰਦੇ ਸੀ ਕਿ ਬੜਦ ਲਾਣੇ ਦਾ ਧੀ ਘਰਾਣੇ ਦੀ ਘੋੜੀ ਦਾ ਖਾਨਦਾਨ ਜੀ ਚੌਥੇ ਪੀੜੀ ਤੇ ਬੈਕ ਵੀ ਚਲੇ ਜਾਂਦਾ ਚੌਥੇ ਪੰਜਵੇਂ ਤੇ ਵੀ ਚਲੇ ਜਾਂਦਾ ਜੀ ਬੱਚਾ ਉਸ ਤੇ ਵੀ ਆ ਸਕਦਾ ਜਿਵੇਂ ਔਰਤ ਦਾ ਮਰਦ ਦਾ ਹੈ ਉਹੀ ਇਹਨਾਂ ਦਾ ਅਨਸਬੰਧ ਹੈ ਉਹੀ ਬਲੱਡ ਹੈ मतलो सीधी सीधी गल है की बादाम खादे कंदे अकल नीया नहीं अकल तक्की खान नाल आंदी है ओ त तजुर्बे नाल ही आउगी जे किसे नु कह दो बे ऐ करना साइकिल आई या हाल ऐ वाया जुगा किताब नाल नहीं वाया ਜਾਂਦਾ ਅੱਜ ਕੱਲ ਨੌਜਵਾਨ ਸਾਡੇ ਵਰਗੇ ਨੌਜਵਾਨ ਮੋਬਾਈਲ ਦੇਖਦੇ ਨੇ ਇੱਥੇ ਕੋੜੀਆਂ ਵੇਖ ਕੇ ਸ਼ੌਂਕ ਪੂਰੇ ਕਰ ਲੈਂਦੇ ਨੇ ਪਰ ਜਿਹੜੇ ਇਹ ਸ਼ੌਂਕ ਤਾਂ ਫਿਰ ਸ਼ੌਂਕ ਨਾਲ ਹੀ ਅਸੀਂ ਕਹਿ ਸਕਦੇ ਇੱਕ ਦਿਲੋਂ ਇੱਛਾ ਹੋਣੀ ਚਾਹੀਦੀ ਦਿਲੋਂ ਕੋਈ ਵੀ ਕੰਮ ਹੈ ਜੇ ਤੁਸੀਂ ਆਤਮਾ ਨਾਲ ਕਰੋਗੇ ਤੇ ਚੜ੍ਹਾਈ ਹੋਊਗੀ ਸੱਚੇ ਪਾਤਸ਼ਾਹ ਮਦਦ ਕਰਦਾ ਬਸ ਕੋਈ ਲੋਕ ਹੋਏ ਕਈ ਲੋਕ ਤੁਹਾਡੀ ਵੀਡੀਓ ਸੁਣ ਕੇ ਕੋਡੀਆਂ ਲੈਣਗਾ ਪਾਲ ਨਹੀਂ ਨਾ ਹੋਵੇ ਤਾਂ ਕਹਿਣ ਯਾਰ ਸਾਡੇ ਤੇ ਤਾਂ ਗੁਰੂ ਨੇ ਮਿਹਰ ਨਹੀਂ ਕੀਤੀ ਨਹੀਂ ਮੈਂ ਜ਼ਰੂਰ ਕਹੂੰਗਾ ਜੀ ਮਾਰਾ ਮਿਹਰ ਕਰਦਾ ਜਿਨੇ ਪੈਦਾ ਕਰੇ ਚਾਹ ਪੰਛੀ ਜੀਵ ਜੰਤੀ ਫਤਰ ਦੇ ਵਿੱਚ ਵੀ ਜੀਵ ਹੈ ਉਹਨੂੰ ਵੀ ਰੱਬ ਖਾਣ ਨੂੰ ਦਿੰਦਾ ਕੋਈ ਸੰਭਾਲ ਲਵੇ ਕੋਈ ਨਾ ਸੰਭਾਲੇ ਮੌਕਾ ਜ਼ਰੂਰ ਦਿੰਦਾ ਰੱਬ ਇੱਕ ਵੀਰ ਜੀ ਅਸੀਂ ਸਪੈਸ਼ਲੀ ਪੁੱਛਣਾ ਚਾਹਨੇ ਜਦੋਂ ਆਪਾਂ ਘੋੜੀ ਦੇ ਪਿੱਛੇ ਜਾਂਦੇ ਆਂ ਤੇ ਘੋੜੀ ਹਮੇਸ਼ਾ ਛੜ ਮਾਰਦੀ ਆ ਜਾਂ ਇਹ ਇੱਕ ਡਾਰੀ ਬਣਿਆ ਹੁੰਦਾ ਹੈ ਕਿ ਘੋੜੀ ਇੱਕ ਲੱਤ ਮਾਰਦੀ ਆ ਪਿੱਛੇ ਕੋਈ ਇਹ ਵੀ ਇੱਕ ਸਿਗਨਲ ਦਿੰਦੀ ਆ ਕੋਈ ਨਹੀਂ ਉਹ ਇਹ ਹੈ ਕਿ ਖਾਨਦਾਨ ਦਾ ਜੀ ਖਾਨਦਾਨ ਦਾ ਇਨਸਾਨ ਜੋ ਹੈ ਉਹ ਤੁਹਾਡੀ ਕਦਰ ਕਰੂਗਾ ਜੀ ਉਹਦੇ ਬਲੱਡ 'ਚ ਇਸ ਦੁਨੀਆ 'ਚ ਹਰ ਚੀਜ਼ ਮਰ ਸਕਦੀ ਆ ਖੂਨ ਨਹੀਂ ਮਰਦਾ ਜੀ ਵਾਜਾਂ ਦੇ ਬੱਚਿਆਂ ਨੂੰ ਝੜਪਾਂ ਮਾਰਨ ਕੋਈ ਸਿਕਾਂਦਾ ਨਹੀਂ ਉਹ ਬਲੱਡ ਚ ਹੁੰਦਾ ਇਹਨਾਂ ਦੇ ਵੀ ਬਲੱਡ ਚ ਹੈ ਜਿਹੜੀ ਖਾਨਦਾਨ ਦੇ ਬੱਚੇ ਨੇ ਹੁਣ ਖੋਤਾ ਉਹਦੇ ਥੱਲੇ ਉਹਦੇ ਪਿੱਛੇ ਤੁਸੀਂ ਕਦੇ ਵੀ ਚੱਲ ਜਾਓ ਉਹਨਾਂ ਦੋਵੇਂ ਲੱਥਾ ਟੋਕਣੀ ਸੋਕਣੀ ਖਾਨਦਾਨ ਦਾ ਆਦਮੀ ਆਹ ਰਾਹ ਦੀ ਗੱਲ ਕਰੂਗਾ ਜੀ ਕਹਿਣੀ ਬਹਿਣੀ ਰਹਿਣੀ ਸਹਿਣੀ ਚਾਰੇ ਚੀਜ਼ਾਂ ਬਹੁਤ ਅੱਛੀ ਬੋਲੂਗਾ ਜੀ ਖਾਨਦਾਨ ਦਾ ਇਹੀ ਖਾਨਦਾਨ ਕਰਕੇ ਲਈ ਜਾਂਦੀ ਇਹਨੂੰ ਖੜਨ ਦਾ ਵੀ ਪਤਾ ਇਹਨੂੰ ਚੱਲਣ ਦਾ ਵੀ ਪਤਾ ਇਹਨੂੰ ਸੱਜਣ ਦਾ ਵੀ ਪਤਾ ਇਹਨੂੰ ਮਦਦ ਕਰਨ ਦਾ ਵੀ ਮਾਲਕ ਦਾ ਪਤਾ ਇਹ ਅਸੀਂ ਹੁਣ ਜਿਆਦਾ ਸਨਮਾਨ ਨਹੀਂ ਲਾਾਂਗੇ ਤੇ ਤੁਹਾਨੂੰ ਇਹ ਜਾਨਣਾ ਚਾਹਾਂਗੇ ਤੁਹਾਡਾ ਅੱਜ ਦੇ ਨੌਜਵਾਨਾਂ ਨੂੰ ਕੀ ਸਨੇਹ ਹੈ ਜਿਹੜੇ ਘੋੜੀਆਂ ਰੱਖਣਾ ਚਾਹੁੰਦੇ ਨੇ ਕਿਹੜੇ ਤਰੀਕੇ ਨਾਲ ਘੋੜੀਆਂ ਖਰੀਦਣ ਕਈ ਵਾਰੀ ਆਪਾਂ ਪੈਸਾ ਜਿਆਦਾ ਇਨਵੈਸਟ ਕਰ ਲੈਂਦੇ ਆ ਪੈਸੇ ਦੇ ਦਮ ਤੇ ਘੋੜੀਆਂ ਖਰੀਦ ਲੈਂਦੇ ਪਰ ਅੱਗੇ ਜਾ ਕੇ ਉਹਨਾਂ ਦੀ ਪਰਵਿਸ਼ ਨਹੀਂ ਹੁੰਦੀ ਫਿਰ ਅਸੀਂ ਘਾਟੇ ਵੱਲ ਦੇ ਵੀ ਜਾਣਦੇ ਆ ਮੈਂ ਨੌਜਵਾਨ ਪੀੜ੍ਹੀ ਨੂੰ ਇੱਕ ਜ਼ਰੂਰ ਕਹੂੰਗਾ ਕਿ ਪ੍ਰਾਣਾ ਸਾਡਾ ਵਿਰਸਾ ਹੈ ਬੱਚੋ ਜਰੂਰ ਰੱਖੋ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਇੱਕ ਬੱਚੀ ਲੋ ਭਾਵੇਂ ਤੇ ਤੂੰ ਘਰ ਚ ਰੱਖ ਕੇ ਦੇਖੋ ਤੁਹਾਡਾ ਕਾਰੋਬਾਰ ਕਿੱਧਰ ਨੂੰ ਜਾਂਦਾ ਤੁਹਾਡੀ ਮੱਤ ਕਿੱਧਰ ਨੂੰ ਜਾਂਦੀ ਤੂੰ ਕਿੰਨੇ ਕ ਅੱਗੇ ਵਧਦੇ ਹੋ ਸਵੇਰੇ ਮੱਥਾ ਟੇਕ ਕੇ ਇਹਨਾਂ ਨੂੰ ਸੇਵਾ ਕਰੋ ਬਹੁਤ ਜ਼ਿਆਦਾ ਲਾਰਜਸਟ ਉਹਦੇ ਚ ਨਾ ਜਾਓ ਇੱਕ ਲੋ ਉਹ ਤੋਂ ਦੋ ਬਣਾਓ ਹੌਲੀ ਹੌਲੀ ਪਹਿਰਾ ਇੱਕਦਮ ਤਾਂ ਨਹੀਂ ਕਿ ਸੌਵੇਂ ਪੌੜੀ ਤੇ ਛੱਡ ਜਾਓਗੇ ਪਰ ਤੁਹਾਨੂੰ ਬਕਸੇ ਜ਼ਰੂਰ ਹੋਊਗੀ ਮੈਂ ਜ਼ਰੂਰ ਕਹਾਂਗਾ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡੇ ਸਾਰਾ ਜਿੰਨਾ ਵੀ ਪਰਿਵਾਰ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਤਾਂ ਅਸੀਂ ਇਹਨਾਂ ਦਾ ਕਹਿ ਸਕਦੇ ਹਾਂ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਪਾਲਦੇ ਨੇ ਹਮੇਸ਼ਾ ਤੁਸੀਂ ਇਹਨਾਂ ਨੂੰ ਗੁਣ ਦਿੱਤਾ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਪਾਲਣਾ ਹੈ ਬਹੁਤ ਕਿਉਂਕਿ ਮਾਲਕ ਦੀ ਨੀਅਤ ਹੈ ਜੀ ਪਰ ਜਿਹੜਾ ਸੇਵਾਦਾਰ ਜਿਵੇਂ ਸੇਵਕ ਦੀ ਨੀਅਤ ਵੀ ਸਾਫ਼ ਹੋਣੀ ਇਹ ਸਾਡਾ ਜਿਵੇਂ ਬੰਦਾ ਜੀ ਜੀ ਇਹ ਦੁੱਗਾ ਇਹਦਾ ਨਾਮ ਹੈ ਜੀ ਆਜੋ ਹਾਂ ਆ ਜਾ ਦੁੱਗਾ ਨਨੂ ਨਨੂ ਫਰਾਡੇ ਓਰੇ ਆ ਓ ਤੇ ਰਾਗ ਓਰੇ ਆ ਬਿਲਕੁਲ ਅਸੀਂ ਇਹ ਇੱਕ ਇੱਜ਼ਤਮਾਨ ਹੁੰਦਾ ਜੋ ਮਾਲਕ ਦੇ ਵੱਲੋਂ ਜਿਹੜਾ ਇਹ ਸਭ ਤੋਂ ਵੱਡੇ ਸੇਵਕ ਹੁੰਦੇ ਨੇ ਸੇਵਕ ਦੀ ਇੱਕ ਇਮਾਨਦਾਰੀ ਸਭ ਤੋਂ ਵੱਡੀ ਇਮਾਨਦਾਰੀ ਹੁੰਦੀ ਹੈ ਕਿਉਂਕਿ ਸੇਵਕ ਨੇ ਉਹਨਾਂ ਨੂੰ ਪਾਲਣਾ ਹੁੰਦਾ ਜਿਹੜੀ ਆਪਦੀ ਖਰਾਕ ਵੀ ਸ਼ਾਇਦ ਸੇਵਕ ਜਦੋਂ ਬੱਚਿਆਂ ਨੂੰ ਖਵਾ ਦਿੰਦਾ ਤੇ ਉਹੀ ਸਹੀ ਸੇਵਕ ਹੁੰਦਾ ਕਿਉਂ ਗੁਰੂ ਜੀ ਇਹ ਕੀ ਹੈ ਦੁੱਗਾ ਹੈ ਇਹ ਬਚਪਨ ਤੋਂ ਇਹਨੂੰ ਸ਼ੌਕ ਹੈ ਜੀ ਇਹ ਹੁਣ ਤੁਸੀਂ ਇਹ ਹਿਸਾਬ ਲਾਓ ਇਹਨੂੰ ਸਵੇਰੇ ਤੋਂ 5 ਵਜੇ ਤੋਂ ਉੱਠ ਕੇ ਜੀ ਰਾਤ ਨੂੰ ਵੀ ਉੱਠਣਾ ਇਹਨੇ ਦੇਖਣੀ ਆ ਇਹ ਗੱਬਣਾ ਨੇ ਚਾਰ ਘੋੜੀਆਂ ਉਹ ਬੱਚੀ ਆ ਬਿਲਕੁਲ ਤੇ ਇਹ ਮੈਨੂੰ ਦੱਸਦਾ ਹੁੰਦਾ ਵੀ ਰਾਤ ਨੂੰ ਜੀ ਜਦੋਂ ਮੈਂ ਸੁੱਤਾ ਹੁੰਦਾ ਦਰਵਾਜ਼ਾ ਖੋਲ ਕੇ ਤੇ ਦੋ ਘੋੜੀਆਂ ਸਰਵਾਜੇ ਚ ਇਹਦੇ ਮੂੰਹ ਵਾਲੇ ਪਾਸੇ ਕਰਕੇ ਮੂੰਹ ਮੰਜੇ ਵਾਲੇ ਪਾਸੇ ਸਾਰੀ ਰਾਤ ਖੜੀਆਂ ਰਹਿੰਦੀ ਜੀ ਪੂਰੀ ਰਾਤ ਰਾਖੀ ਦੀਆਂ ਕਰਦੀਆਂ ਇਹ ਦਿਨੇ ਕਰਦਾ ਹੈ ਬਾਗ ਹੈ ਜੰਗਲ ਦਾ ਏਰੀਆ ਸਾਰੀ ਰਾਤ ਦੁਰਾਜੇ ਦੇ ਮੂਰੇ ਖੜੀਆਂ ਦੇਖਦੀਆਂ ਰਹਿੰਦੇ ਇਹ ਇੱਕ ਮੈਂ ਲਾਸਟ ਪੁੱਛਣਾ ਚਾਹਾਂਗਾ ਕਿਹੜੇ ਕਿਹੜੇ ਜਿਹੜੀ ਫੇਮਸ ਅਸੀ ਪੋਪੁਲਾਰਿਟੀ ਚਿਹਰੇ ਕਹਿ ਸਕਦੇ ਆ ਜਿਹੜੇ ਇੱਥੇ ਤੁਹਾਡੇ ਫਾਰਮ ਜਾਂ ਕੋੜੀਆਂ ਨੂੰ ਸਪੈਸ਼ਲ ਮਿਲਣ ਲਈ ਆਏ ਨੇ ਤੁਹਾਡੀ ਨਸਲ ਨੂੰ ਮਿਲਣ ਲਈ ਸਾਡੇ ਰਾਣਾ ਜੀ ਨੇ ਵਿੰਦਰ ਰਾਣਾ ਜੀ ਉਹ ਕਾਰਾ ਹੈ ਜੀ ਉਹ ਦਰਮਿੰਦਰ ਹੈ ਸੰਜੇ ਜੀ ਹੈ ਦਲਬਾਗ ਜੀ ਹੈ ਇਸ ਤਰ੍ਹਾਂ ਕਈ ਹੋਰ ਵੀ ਦੋਸਤ ਨੇ ਸਾਡੇ ਨਸੀਬ ਸਿੰਘ ਹੈ ਮੁਕੇਸ਼ ਹੈ ਜੀ ਜੀ ਦੇ ਲੋਕਾਇ ਨੇ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਸਾਡੇ ਨਾਲ ਚੌਧਰੀ ਓਮ ਪ੍ਰਕਾਸ਼ ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਰੇ ਵੀਰਜੀ ਵੀਰਜੀ ਕਹਿੰਦੇ ਨੇ ਤੇ ਵੀਰਜੀ ਦਾ ਜੋ ਅਸੀਂ ਪਰਿਵਾਰ ਦੇਖਿਆ ਘੋੜੀਆਂ ਇਹਨਾਂ ਦਾ ਪਰਿਵਾਰ ਹੈ ਜੋ ਇਹਨਾਂ ਨੂੰ ਸਾਥ ਦ ਹੈ ਬਹੁਤ ਵੱਡੇ ਪਰਿਵਾਰ ਨੂੰ ਇੱਕ ਰੋਜ਼ਗਾਰ ਵੀ ਦੇ ਰੱਖਿਆ ਹੈ ਸਭ ਤੋਂ ਵੱਡੀ ਦੇਣ ਅਸੀਂ ਕਹਿੰਦੇ ਹਾਂ ਜਦੋਂ ਆਪਦੀ ਰੋਟੀ ਦੇ ਵਿੱਚੋਂ ਅਸੀਂ ਕਿਸੇ ਨੂੰ ਰੋਟੀ ਖਵਾਉਂਦੇ ਹਾਂ ਤਾਂ ਸਭ ਤੋਂ ਵੱਡਾ ਪੋਨ ਨਹੀਂ ਉਸ ਚੀਜ਼ ਦਾ ਹੁੰਦਾ ਹੈ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਅੱਗੇ ਤੋਂ ਤੁਹਾਨੂੰ ਇਹ ਜਿਹੀਆਂ ਸਟੋਰੀਆਂ ਦੇ ਨਾਲ ਮਿਲਾਉਂਦੇ ਰਾਂਗੇ ਜੁੜੇ ਰਹੋ ਅਸੀਂ ਦਰਦ ਦੀ ਟੀਮ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ Haryana.